सत श्रीकाल जिंदाबाद चैनल देख रहे हो तुसी पंजाब भारतीय किसान यूनियन उग्राहां दा केडर है जिहड़ा ओह दिल्ली नूं रवाना होण वास्ते खनौरी बार्डर दे विच ट्रालियां ट्रैक्टर ते बसां दे राही किसान ने जिहड़े ओह पहुँच रहे ने ते किसान खनौरी बार्डर तों दिल्ली कूच करनगे। उही बार्डर आ जिसे आही तरीक नूं आही 25 नवंबर नूं किसानां नूं रोकिया गया सी, बैरीकेडिंग करके किसानां नूं रोकिया गया सी, रेते दे टिब्बे ला के पत्थर ला के किसानां नूं संगलां दे नाल रोकण दी कोशिश कीती सी, पर इन्हां किसानां ने उस मोदी दा नक है जिहड़ा भन्न दित्ता है। अज खुशियां मनाउण दे लई जां साडे शहीदां नूं श्रद्धांजलियां देण दे लई इह किसान दिल्ली पहुंचणगे ते 26 नवंबर नूं वड्डे प्रोग्राम उलीक दित्ते ने भारतीय किसान यूनियन उग्राहां ते 32 जथेबंदियां दे वल्लों। आपां गल्लां बातां वी करांगे किसानां दे नाल ते साडियां मावां वी अज आईआं ने इस खुशी दे पलां दे विच सांझे करन लई, उहनां नाल वी गल्लां बातां करवावांगे। पुछ लैंदे आं बई जी, सत श्रीकाल। ਸਤਿ ਸ਼੍ਰੀ ਅਕਾਲ ਜੀ। ਪਿੰਡ ਤੋਂ ਆਏ ਜੀ? ਸਾਡਾ ਪਿੰਡ ਕਿਲਾਪਰੀਆ ਜੀ, ਜ਼ਿਲ੍ਹਾ ਸੰਗਰੂਰ ਪੰਜਾਬ ਤੋਂ ਆਏ ਜੀ। ਕਿੰਨੇ ਬੰਦੇ ਲੈ ਕੇ ਆਏ ਹੋ ਬਾਈ, ਕਿੰਨੇ ਮਾਤਾਵਾਂ ਕਿੰਨੀਆਂ ਨੇ ਤੇ ਟੋਟਲ ਗਿਣਤੀ ਕਿੰਨੀ? ਤਕਰੀਬਨ ਸਾਡੇ ਨਾਲ ਜੀ 35 ਤੋਂ 30-35 ਮਾਵਾਂ ਨੇ ਜੀ ਤੇ ਬਾਕੀ 35-40 ਸਾਡੇ ਨਾਲ ਭਰਾ ਜੋ ਮਤਲਬ ਸਿੰਘ ਨੇ ਸਾਡੇ ਨਾਲ ਜੀ, ਤਕਰੀਬਨ 70-75 ਜਾਣਿਆਂ ਦਾ ਜਥਾ ਜੀ ਸਾਡਾ ਇਹ। ਉਗਰਾਹਾਂ ਸਾਹਿਬ ਵੱਲੋਂ ਕਿੰਨੇ ਇੱਧਰੋਂ ਕਿਸਾਨ ਆ ਜਿਹੜੇ ਉਹ ਸੱਦੇ ਗਏ, ਤੁਹਾਡੇ ਹਿਸਾਬ ਨਾਲ ਕਿੰਨੇ ਕਿਸਾਨ ਪਹੁੰਚਣਗੇ ਅੱਜ ਸ਼ਾਮ ਤੱਕ ਦਿੱਲੀ ਦੇ ਵੱਟਣਾ? ਅੱਜ ਜੀ ਦੇਖੋ ਕੋਈ ਗਿਣਤੀ ਮਿਣਤੀ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਲੋਕਾਂ ਨੂੰ ਬੜੇ ਲੰਮੇ ਸਮੇਂ ਤੋਂ ਇਹ ਸਮੇਂ ਦਾ ਜਿਹੜਾ ਇੰਤਜ਼ਾਰ ਸੀਗਾ ਅਤੇ ਵੀ ਅਸੀਂ ਜਿੱਤ ਕੇ ਮੁੜਾਂਗੇ, ਅਤੇ ਅਸੀਂ ਤਾਂ ਪਹਿਲਾਂ ਨਹੀਂ ਮਤਲਬ ਘਟੇ ਜਦੋਂ ਸੀਜ਼ਨ ਦਾ ਟਾਈਮ ਚੱਲਦਾ ਸੀਗਾ, ਹੁਣ ਤਾਂ ਘੱਟ ਕੀ ਆ ਜੀ, ਅਤੇ ਹੁਣ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਮਤਲਬ ਉੱਥੇ ਪਹੁੰਚਣਾ ਜੀ। ਹਾਂਜੀ, ਹੌਸਲਾ ਹੋਇਆ ਬਾਈ ਜਿੱਦਣ ਐਲਾਨ ਹੋਇਆ ਸੀ ਵੀ ਅਸੀਂ ਜਿੱਤ ਰਹੇ? ਬਹੁਤ ਜ਼ਿਆਦਾ ਵੀਰ ਜੀ ਹੌਸਲਾ, ਹੌਸਲੇ ਦੇ ਨਾਲ ਸਾਨੂੰ ਸਾਡੇ ਸਬਰ ਦੇ ਉੱਤੇ ਵੀ ਮਾਣ ਹੈ, ਜੋ ਸਾਨੂੰ ਸਾਡੇ ਗੁਰੂਆਂ ਨੇ ਸਾਡੀ ਪਛਾਣ ਹੈ ਸਾਨੂੰ ਦੱਸਿਆ, ਸਿੱਖੀ ਦੇ ਵਿੱਚ ਸਾਨੂੰ ਸਬਰ ਅਤੇ ਸੰਤੋਖ ਮਿਲਿਆ, ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਾਡੀ ਜਿੱਤ ਹੈ ਜਿਹੜੀ ਪ੍ਰਾਪਤ ਕੀਤੀ ਹੈ। ਇਸ ਦੇ ਵਿੱਚ ਸਾਡੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਸਾਡੀਆਂ ਭੈਣਾਂ ਦਾ, ਸਾਡੀਆਂ ਮਾਤਾਵਾਂ ਦਾ, ਸਾਡੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਸਾਨੂੰ ਸਾਥ ਮਿਲਿਆ। ਨੌਜਵਾਨ ਵਰਗ ਤਾਂ ਚਲੋ ਇਹਦੇ ਵਿੱਚ ਅੱਗੇ ਬਜ਼ੁਰਗਾਂ ਦੇ ਕਹਿਣ ਦੇ ਮੁਤਾਬਕ ਵੱਧ ਚੜ੍ਹ ਕੇ ਹਿੱਸਾ ਲੈ ਹੀ ਰਿਹਾ ਸੀ, ਪਰ ਸਾਨੂੰ ਹੌਸਲਾ ਸਾਡੀਆਂ ਮਾਵਾਂ ਅਤੇ ਸਾਡੇ ਪਿਤਾ ਨੇ ਸਾਨੂੰ ਦਿੱਤਾ ਜੀ, ਜਿਹੜੇ ਹੌਸਲੇ ਦੇ ਨਾਲ ਅਸੀਂ ਵੱਧ ਚੜ੍ਹ ਕੇ ਇਹਦੇ ਵਿੱਚ ਸ਼ਮੂਲੀਅਤ ਹੈ ਜਿਹੜੇ ਨੌਜਵਾਨ ਕਰ ਰਹੇ ਨੇ ਜੀ। ਖੁਸ਼ੀ ਕਿੰਨੀ ਆ ਬਾਈ ਅੱਜ, ਮਤਲਬ ਮੇਨ ਪ੍ਰੋਗਰਾਮ ਕਿੰਨੇ ਹੋਣਗੇ, ਕੀ ਪ੍ਰੋਗਰਾਮ ਲਿਖਿਆ ਉਗਰਾਹਾਂ ਵੱਲੋਂ, ਅਤੇ ਖੁਸ਼ੀ ਕਿੰਨੀ ਹੈ ਇਸ ਚੀਜ਼ ਨੂੰ, ਕਿਉਂਕਿ ਵਿੱਚ ਦੀ ਅੰਦੋਲਨ ਲੱਗਦਾ ਸੀ ਵੀ ਖਤਮ ਹੋ ਜੂਗਾ, ਕਿਉਂਕਿ ਬੜੇ ਲੋਕਾਂ ਦਾ ਦਿਲ ਵੀ ਟੁੱਟ ਗਿਆ ਸੀ ਅਤੇ ਬੜੇ ਗਿਣਤੀ ਉੱਥੇ ਘੱਟ ਗਈ ਸੀ। ਉਗਰਾਹਾਂ ਸਾਹਿਬ ਵੱਲੋਂ ਵੀ ਬੇਨਤੀ ਸੀ ਵੀ ਜਿਹੜੇ ਤੰਬੂ ਬੰਦ ਪਏ ਨੇ ਉਹਨਾਂ ਦੇ ਵਿੱਚ ਜਾਂ ਤਾਂ ਆ ਜਾਓ ਜਾਂ ਅਸੀਂ ਉਹਨਾਂ ਨੂੰ ਚੱਕ ਦਈਏ। ਇੱਕ ਵਾਰ ਇਹ ਵੀ ਸਾਨੂੰ ਮੰਨਣਾ ਪਊਗਾ ਵੀ ਗਿਣਤੀ ਘੱਟੀ ਸੀ, ਲੋਕਾਂ ਦਾ ਦਿਲ ਟੁੱਟਿਆ ਸੀ, ਪਰ ਇੱਕ ਵਾਰ ਫਿਰ ਹੁਣ ਤੋਂ ਹਜੂਮ ਸ਼ੁਰੂ ਹੋ ਗਿਆ ਕਿਉਂਕਿ ਜਿੱਤ ਵੱਲ ਜਾ ਰਹੇ ਹਾਂ ਅਸੀਂ। ਕਿਵੇਂ ਦਾ ਲੱਗਦਾ ਮਾਹੌਲ? ਦੇਖੋ ਵੀਰ ਜੀ, ਜਿਹੜੀ ਗਿਣਤੀ ਘਟਣ ਦੀ ਗੱਲ ਹੈ ਨਾ, ਉਹਦੇ 'ਚ ਸਾਡੀ ਕਈ ਮਜਬੂਰੀਆਂ ਹੋ ਜਾਂਦੀਆਂ ਨੇ, ਜਿਵੇਂ ਸਾਡੀ ਜੀਰੀ ਦੀ ਵਾਢੀ ਸੀ, ਫਸਲ ਸੀ, ਅਤੇ ਜਾਂ ਸਾਡੀ ਕਣਕ ਬੀਜਣੀ ਸੀ, ਇਸੇ ਕਰਕੇ ਸਾਡੀ ਕੁਛ ਜਿਹੜੀ ਮਤਲਬ ਗਿਣਤੀ ਸੀ ਉੱਥੇ ਘਟਦੀ ਸੀ, ਨਹੀਂ ਤਾਂ ਉਗਰਾਹਾਂ ਸਾਹਿਬ ਦੇ ਇੱਕ ਕਾਲ ਦੇ ਉੱਤੇ ਤਾਂ ਸਾਰੇ ਦਾ ਸਾਰਾ ਪੰਜਾਬ ਉੱਠ ਕੇ ਆਉਣ ਨੂੰ ਤਿਆਰ ਹੈ ਜੀ, ਅਤੇ ਬੜੇ ਸੂਝਵਾਨ ਲੀਡਰ ਨੇ ਸਾਡੇ, ਬਹੁਤ ਚੰਗੇ ਢੰਗ ਨਾਲ ਸਾਨੂੰ ਗਾਈਡ ਕਰ ਰਹੇ ਨੇ। ਉਹਨਾਂ ਦੀ ਜੇ ਇੱਕ ਕਾਲ ਆਉਂਦੀ ਆ, ਕਾਲ ਦੀ ਤਾਂ ਉਹ ਤਾਂ ਕਾਲ ਦਿੰਦੇ ਵੀ ਬਹੁਤ ਥੋੜ੍ਹੀ ਨੇ, ਉਹਨਾਂ ਨੂੰ ਪਤਾ ਵੀ ਜੇ ਇੱਕ ਵਾਰ ਕਾਲ ਦਿੱਤੀ ਤਾਂ ਇੱਥੇ ਸਾਤੋਂ ਇਕੱਠ ਹੈ ਜਿਹੜਾ ਸਾਂਭਿਆ ਨਹੀਂ ਜਾਣਾ, ਉਹ ਤਾਂ ਸਿਰਫ ਡਿਊਟੀਆਂ ਲਾਉਂਦੇ ਨੇ ਵੀ ਤੁਸੀਂ ਜੇ ਉਹਨਾਂ ਨੇ ਡਿਊਟੀ ਲਾਈ ਆ ਵੀ 50 ਬੰਦੇ ਆਉਣੇ ਨੇ ਤਾਂ 100 ਬੰਦਾ ਤਿਆਰ ਹੋ ਜਾਂਦਾ ਜੀ, ਅਤੇ ਉਹਨਾਂ ਦੇ ਜੇ ਉਹ ਕਾਲ ਦੇ ਦੇਣ ਫਿਰ ਤਾਂ ਸਾਰੇ ਦਾ ਸਾਰਾ ਪਿੰਡ ਉੱਠ ਕੇ ਆ ਸਕਦਾ। ਜੇ ਅੱਜ ਅਸੀਂ ਸਾਡੇ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਦੀ ਸਿਰਫ 1100-1200 ਵੋਟ ਹੈ, ਜਿਹੜੇ ਦੇ ਵਿੱਚੋਂ ਅੱਜ ਘੱਟ ਤੋਂ ਘੱਟ 150-200 ਬੰਦਾ ਸਾਡਾ ਹੋਰ ਵੀ ਮਤਲਬ ਜਥੇਬੰਦੀਆਂ ਦੇ ਨਾਲ ਜਿਹੜੇ ਰਿਲੇਸ਼ਨ ਰੱਖਦੇ ਨੇ, ਘੱਟ ਤੋਂ ਘੱਟ 200-250 ਬੰਦਾ ਅੱਜ ਸਾਡੇ ਪਿੰਡ ਦੇ ਦੀ ਉੱਥੇ ਹਾਜ਼ਰੀ ਹੈ ਜਿਹੜੀ ਉੱਥੇ ਲਵਾਉਣੀ ਹੈ ਜੀ। ਇੱਥੋਂ ਕਾਫਲਾ ਇਕੱਠਾ ਤੁਰੂਗਾ ਬਾਈ ਸਰ? ਹਾਂਜੀ, ਇੱਥੋਂ ਕਾਫਲਾ ਕੁਛ ਆਇਆ ਵੀ ਜਿਵੇਂ ਆਪਣੇ ਇਹਨੂੰ ਦੇਖਦੇ ਹੋਏ ਟਰਾਂਸਪੋਰਟ ਦਾ ਜਿਹੜਾ ਵੀ ਜਾਮ ਵਗੈਰਾ ਨਾ ਲੱਗਣ ਜੀ, ਟ੍ਰੈਫਿਕ ਨੂੰ ਦੇਖਦੇ ਹੋਏ ਮਤਲਬ ਥੋੜ੍ਹਾ ਥੋੜ੍ਹਾ ਖੰਡ ਖੰਡ ਕੇ ਜਿਹੜਾ ਜਥਾ ਉਹ ਤੁਰੀ ਜਾਊਗਾ ਜੀ। ਹਾਂਜੀ ਹਾਂ, ਆਪਾਂ ਮਤਾਵਾਂ ਨਾਲ ਵੀ ਗੱਲ ਕਰ ਲਿਆ ਬੇਬੇ, ਜਿੱਤ ਗਏ ਹਾਂ ਅਸੀਂ, ਕਿੰਨੇ ਵਾਰ ਜਾ ਆਈਏ ਤੂੰ ਪਹਿਲਾਂ ਦਿੱਲੀ? ਮੈਂ ਚੌਥੀ ਵਾਰੀ ਜਾਂਦੀ ਹਾਂ। ਚੌਥੀ ਵਾਰੀ ਜਾਂਦੀ, ਕਿਵੇਂ ਲੱਗਦਾ ਹੁਣ ਜਿਵੇਂ ਪਹਿਲਾਂ ਵਿੱਚ ਦੀ ਮਾਹੌਲ ਖਰਾਬ ਹੋ ਗਿਆ ਸੀ, ਹੁਣ ਅਸੀਂ ਜਿੱਤ ਰਹੇ ਹਾਂ, ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ? ਖੁਸ਼ੀ ਬਹੁਤ ਹੈ ਜੀ, ਬਹੁਤ ਖੁਸ਼ੀ ਹੈ। ਮੋਦੀ ਸਾਹਿਬ ਨੇ ਚਲੋ ਇੰਨੀ ਕੁ ਤਾਂ ਸੁਣ ਲਈ, ਮੁੜ ਗਿਆ ਨਹੀਂ, ਸਾਨੂੰ ਉਮੀਦ ਨਹੀਂ ਸੀ ਵੀ, ਕਹਿੰਦੇ ਤੇ ਲੋਕ ਵੀ ਉੱਥੇ ਉਹ ਨਹੀਂ ਮੰਨਦਾ, ਮੁੜਿਆ ਉਹ ਜਾਓ ਨਾ, ਲੋਕਾਂ ਦਾ ਦਿਲ ਵੀ ਟੁੱਟ ਗਿਆ ਸੀ ਵੀ ਹੁਣ ਨਹੀਂ ਮੰਨਦਾ, ਪਰ ਹੁਣ ਸਾਨੂੰ ਬਾਬੇ ਨਾਨਕ ਨੇ ਥੋੜ੍ਹੀ ਜਿਹੀ ਜਿੱਤ ਕਰਤੀ, ਬਾਕੀ ਕਰਾ ਕੇ ਮੁੜਾਂਗੇ। ਇਕੱਲੇ ਸਾਈਨ ਹੀ ਰਹਿ ਗਏ? ਹਾਂਜੀ, ਸਾਈਨ ਜਮਾਂ ਰੱਦ ਕਰਨਗੇ ਵੀ ਫਿਰ ਅਸੀਂ ਆਪਦੇ ਚਾਲੇ ਪਾਵਾਂਗੇ ਪਿੱਛੇ।
ਹੁਣ ਤੂੰ ਕਿੰਨੇ ਵੀ ਵਾਰ ਚੱਲੀ ਆ ਮੈਂ ਵੀ ਤੀਜੀ ਚੌਥੀ ਵਾਰ ਘਰੇ ਫਿਰ ਪੋਤੇ ਪੋਤੀਆਂ ਤੈਨੂੰ ਕਹਿੰਦੇ ਤਾਂ ਹੋਣਗੇ ਜਦੋਂ ਤੂੰ ਮੁੜ ਕੇ ਜਾਂਦੀ ਆ ਵੀ ਬੇਬੇ ਕੀ ਮਾਹੌਲ ਆ ਉੱਥੇ ਪੁੱਛਦੇ ਸੀ ਨਾ ਕੁਛ ਨਹੀਂ ਪੁੱਛਦੇ ਪੁੱਤ ਉਹ ਵੀ ਆਉਂਦੇ ਨੇ ਉਹ ਵੀ ਜਾਂਦੇ ਨੇ ਸਾਰੇ ਜਾਂਦੇ ਨੇ ਇਕੱਲੇ ਇਕੱਲੇ ਜਾ ਕੇ ਆਏ ਸਾਰਾ ਸਾਰਾ ਹਾਂ ਸਾਰੇ ਜਾਂਦੇ ਆ ਕੋਈ ਵੀ ਨਹੀਂ ਗਿਆ ਖੁਸ਼ੀ ਕਿੰਨੀ ਆ ਹੁਣ ਆਪਾਂ ਜਿੱਤ ਰਹੇ ਹਾਂ ਬਥੇਰੇ ਇੰਨੀ ਖੁਸ਼ੀ ਆ ਪੁੱਤ ਆਪਾਂ ਹੋਰ ਵੀ ਗੱਲਾਂ ਬਾਤਾਂ ਕਰ ਰਹੇ ਸਾਡੀਆਂ ਮਾਵਾਂ ਅਤੇ ਭੈਣਾਂ ਹੈਗੀਆਂ ਨੇ ਤੁਸੀਂ ਕਿੰਨੀ ਵਾਰ ਚੱਲੇ ਹੋ ਅਸੀਂ ਪਹਿਲੀ ਵਾਰ ਚੱਲੇ ਹੁੰਦੇ ਕਿਵੇਂ ਲੱਗਿਆ ਜੀ ਫੈਸਲਾ ਮੋਦੀ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਅਸੀਂ ਜਿੱਤ ਰਹੇ ਹਾਂ ਵੀ ਬਲਾਂ ਨੂੰ ਬਿੱਲਾਂ ਨੂੰ ਰਿਪੀਲ ਕਰ ਦੇਣਗੇ ਕਿਵੇਂ ਲੱਗਿਆ ਫੈਸਲਾ ਬਹੁਤ ਖੁਸ਼ੀ ਹੋਈ ਹੈ ਸਾਨੂੰ ਵੱਧ ਤੋਂ ਵੱਧ ਸੱਤਵੀਂ ਵਾਰ ਜਾ ਰਿਹਾ ਸੀ ਸੱਤਵੀਂ ਵਾਰ ਜਥਾ ਜਾ ਰਿਹਾ ਸੀ ਬਹੁਤ ਖੁਸ਼ੀ ਸਾਨੂੰ ਜਿੰਨੀ ਖੁਸ਼ੀ ਚੱਕੀ ਜਿੱਤ ਜਾਂਦੀ ਬਹੁਤ ਜ਼ਿਆਦਾ ਹਾਂ ਬਾਕੀ ਹੁਣ ਘਰੇ ਫਿਰ ਮਾਹੌਲ ਕੀ ਸੀ ਅੱਜ ਤੁਰਨ ਵੇਲੇ ਜੇ ਗੱਲ ਕਰੀਏ ਕਿਉਂਕਿ ਖੁਸ਼ ਹੋ ਕੇ ਸਾਰੇ ਘਰਦੇ ਨੇ ਸਾਨੂੰ ਰਵਾਨਾ ਕਰਿਆ ਗਾ ਵੀ ਵਧੀਆ ਖੁਸ਼ ਹੋ ਕੇ ਅਸੀਂ ਕੀ ਲੈਣੇ ਜਦੋਂ ਸਾਡੀ ਜਾਇਜ਼ਾਦ ਜਾਂਦੀ ਸੀ ਅਸੀਂ ਘਰੇ ਬੈਠ ਕੇ ਕਰਨਾ ਵੀ ਕੀ ਹੈ ਸਾਡੇ ਬੱਚੇ ਭੁੱਖੇ ਮਰਨ ਲਾਤੇ ਸੀ ਅਸੀਂ ਤਾਂ ਜਿੰਦੇ ਲੈ ਕੇ ਆਏ ਹਾਂ ਅਸੀਂ ਤਾਂ ਬਾਰਡਰਾਂ ਤੋਂ ਜਿੱਤ ਕੇ ਮੁੜਾਂਗੇ ਚਾਹੇ ਸਾਨੂੰ 6 ਮਹੀਨੇ ਹੋਰ ਬਿਠਾ ਲਈ ਸਾਨੂੰ ਕੋਈ ਡਰ ਨਹੀਂ ਕਰਦਾ ਘਰੇ ਅਸੀਂ ਕੀ ਖਾਵਾਂਗੇ ਕੰਧਾਂ ਖਾਵਾਂਗੇ ਘਰੇ ਸਾਡੀ ਰਾਹ ਹੱਥ ਤੋਂ ਰੋਟੀ ਚੱਕੀ ਜਾ ਰਹੀ ਹੈ ਅਸੀਂ ਘਰੇ ਬੈਠ ਕੇ ਬੇਟਾ ਕਰਾਂਗੇ ਵੀ ਕੀ ਅਸੀਂ ਤਾਂ ਜੰਗ ਜਿੱਤ ਕੇ ਮੁੜਾਂਗੇ ਅਸੀਂ ਤਾਂ 7ਵੀਂ ਵਾਰ ਜਾ ਰਹੇ ਹਾਂ ਸਾਨੂੰ ਕੋਈ ਰੋਕ ਟੋਕ ਨਹੀਂ ਸਾਰਾ ਪਰਿਵਾਰ ਸਾਡੇ ਨਾਲ ਹੈ ਜਿਹਦੇ 5 ਹੈ ਬੱਚੇ 4 ਹੈ ਬੱਚੇ ਸਾਰਿਆਂ ਦਾ ਪਰਿਵਾਰ ਨਾਲ ਆ ਰਿਹਾ ਹੈਗਾ ਬੱਚੋ ਬੱਚੀ ਘਰੋਂ ਅਸੀਂ ਤੁਰ ਪੈਂਦੇ ਹਾਂਗੇ ਅੱਜ ਕਿੰਨੇ ਕਿੰਨੇ ਬੰਦੇ ਆਏ ਹੋ ਬੇਬੇ ਪਿੰਡੋ ਜੇ ਪਿੰਡੋ ਗੱਲ ਕਰ ਲਓ ਅੱਜ 70 ਬੰਦੇ 250 ਬੰਦਾ ਸਾਡਾ ਬੁੜੀਆਂ ਹਰੇ ਰਵਾਨਾ ਹੋ ਰਹੇ ਨੇ ਸਾਡੇ ਪਿੱਛੇ ਸਾਰੇ ਆ ਰਹੇ ਨੇ 250-300 ਬੰਦਾ ਸਾਡੇ ਕਿਲਾ ਭਰੀਆਂ 'ਚ ਆ ਰਹੇ ਕਿਲਾ ਭਰੀਆਂ ਜ਼ਿਲ੍ਹਾ ਸੰਗਰੂਰ ਕਿੰਨੇ ਵਜੇ ਤੁਰੇ ਸੀ ਤੜਕੇ ਅਸੀਂ 7:30 ਵਜੇ ਹਾਂਜੀ ਆ ਜਾਓ ਆ ਜਾਓ ਆ ਜਾਓ ਬਾਪੂ ਜੀ ਨਾਲ ਗੱਲ ਕਰਵਾ ਦਈਏ ਇਹ ਵੀ ਕੁਛ ਕਹਿਣਾ ਚਾਹੁੰਦੇ ਨੇ ਹਾਂਜੀ ਹਾਂਜੀ ਜਿਵੇਂ ਕਿ ਸਾਡਾ ਅੰਦੋਲਨ ਚੱਲ ਰਿਹਾ ਜੀ ਜਿੱਦੇ ਅਸੀਂ ਪਹਿਲੀ ਵਾਰੀ ਆਏ ਤੇ ਉਹਦੇ ਅਸੀਂ ਕਹਿ ਕੇ ਗਏ ਤੇ ਵੀ ਜਿਹੜੇ ਤੇਰੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਪੰਜਾਬ ਦੇ ਲੋਕ ਉਹ ਨੇ ਜਿਹੜੇ ਬੰਦ ਬੰਦ ਵੀ ਕਟਵਾਉਣ ਜਾਣਦੇ ਹੈ ਖੋਪਰ ਲਹਾਉਣ ਜਾਣਦੇ ਹੈ ਇਹ ਤਾਂ ਕਾਲੇ ਕਾਨੂੰਨ ਆ ਕਿੰਨੀ ਕੁ ਗੱਲ ਹੈ ਜਿਵੇਂ ਅੱਜ ਵੀ ਕਈ ਲੋਕਾਂ ਨੇ ਕਿਹਾ ਵੀ ਤੁਹਾਨੂੰ ਵਧਾਈਆਂ ਨੇ ਪਰ ਅਸੀਂ ਆਖਿਆ ਵਧਾਈਆਂ ਉਦੋਂ ਹੋਣਗੀਆਂ ਜਿੱਦਾਂ ਉਹ ਲੋਕਾਂ ਨੇ ਜਿਨ੍ਹਾਂ ਨੇ ਸਾਈਨ ਕਰਕੇ ਕਾਲੇ ਕਾਨੂੰਨ ਲਿਖੇ ਹੈ ਉੱਥੇ ਬਕਸੇ ਦੇ ਵਿੱਚ ਦੁਬਾਰੇ ਬੰਦ ਕਰਵਾ ਦਾਂਗੇ ਇਹ ਮੈਂ ਇੱਕ ਦੋ ਕਲੈਣਾ ਕਹਿਣ ਜਾ ਰਿਹਾ ਉਹ ਕਿਹੜਾ ਲੋਕ ਕਹਿੰਦੇ ਸੀ ਨਹੀਂ ਮੰਨਦਾ ਅੱਜ ਤਾਂ ਹੁਣ ਚਕਾਤੀ ਆਕੀ ਨੇ ਉਹਨੇ ਲਾਣ ਕਰਿਆ ਧੰਨਵਾਦ ਚਲੋ ਪਰ ਸੈਨ ਕਰਾਉਣੇ ਬਾਕੀ ਨੇ ਫਲ ਲੱਗਿਆ ਥੋਡੀ ਮਿਹਨਤ ਨੂੰ ਖੇੜਾ ਛੱਡਿਆ ਨਹੀਂ ਸੰਘਰਸ਼ਾਂ ਦਾ ਹਰ ਹਫ਼ਤੇ ਦਿੱਲੀ ਜਾਂਦੇ ਸੀ ਨਹੀਂ ਫਿਕਰ ਕੋਈ ਤੁਹਾਨੂੰ ਖਰਚਾਂ ਦਾ ਤੁਸੀਂ ਘੇਰਿਆ ਉਹਨਾਂ ਲੋਕਾਂ ਨੂੰ ਜਿਹੜੇ ਜੜ ਵਿੱਚ ਫੇਰਨ ਦਾਤੀ ਨੇ ਉਹਨੇ ਲਾਣ ਕਰਿਆ ਧੰਨਵਾਦ ਚਲੋ ਪਰ ਸੈਨ ਕਰਾਉਣੇ ਬਾਕੀ ਨੇ ਅਜੇ ਸੈਨ ਕਰਾਉਣੇ ਬਾਕੀ ਹੈ ਜਿੱਦੇ ਸਾਰੀ ਉਹ ਲੀਡਰਸ਼ਿਪ ਨੇ ਸਾਈਨ ਕਰਕੇ ਸਾਡੇ ਅੱਗੇ ਫਾਈਲਾਂ ਸਿੱਟੀਆਂ ਉਹਦੇ ਵਾਪਸ ਮੁੜਾਂਗੇ ਅਤੇ ਨਹੀਂ ਦਿੱਲੀ ਵੱਲ ਇਸੇ ਤਰ੍ਹਾਂ ਆਉਂਦੇ ਰਹਿਣਗੇ ਕਿਉਂਕਿ ਮੈਂ ਗੀਤਕਾਰ ਮਿੱਠੂ ਸਿੰਘ ਕਿਲਾ ਭਰੀਆਂ ਜਥੇਬੰਦੀ ਅਗਰਾਹਾਂ ਦਾ ਗੀਤਕਾਰ ਹਾਂ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਗੱਲਾਂ ਕਹਿਣਾ ਵੀ ਸੱਜਣੋ ਡਟੇ ਰਹੋ ਡਟੇ ਤੋਂ ਆਪਾਂ ਰਿਸ਼ੀਆਂ ਮੁਨੀਆਂ ਦੇ ਵਾਰਸ ਹਾਂ ਪਿੱਛੇ ਨਹੀਂ ਹਟਣਾ ਜਿੱਤ ਕੇ ਆਵਾਂਗੇ ਆ ਉਹ ਫੈਸਲਾ ਸਾਡੇ ਲੋਕਾਂ ਦੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਲੋਕਾਂ ਦਾ ਮਾਲਕ ਹੈ ਜਿਹਦੇ ਖੇਤਾਂ ਦੇ ਵਿੱਚ ਇਹ ਡਾਕੇ ਮਾਰਨ ਜਾ ਰਹੇ ਸੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਸਮਝਾਤਾ ਮਤ ਦੇ ਦੀ ਧੰਨਵਾਦ ਸਾਈਨ ਕਰਾਉਣੇ ਬਾਕੀ ਨੇ ਹੌਸਲੇ ਵੱਧ ਗਏ ਨੇ ਕਿਸਾਨਾਂ ਦੇ ਹੌਸਲੇ ਵਧਣੇ ਲਾਜ਼ਮੀ ਵੀ ਨੇ ਕਿਉਂਕਿ ਜਿੱਤ ਵੱਲ ਅਸੀਂ ਜਾ ਰਹੇ ਹਾਂ ਅਸੀਂ ਜਿੱਤਣ ਜਾ ਰਹੇ ਹਾਂ ਅੰਦੋਲਨ ਅਤੇ ਇਹ ਜਿੱਤ ਦੀਆਂ ਖੁਸ਼ੀਆਂ ਨੇ ਜਿਹੜੀਆਂ ਲੋਕ ਵੰਡ ਰਹੇ ਨੇ ਅਤੇ ਕਾਫਲਾ ਤੁਸੀਂ ਦੇਖ ਰਹੇ ਹੋਗੇ ਵੀ ਕਾਫਲਾ ਜਿਉਂ ਜਿਉਂ ਦਿਨ ਚੜ੍ਹ ਰਿਹਾ ਜਿਉਂ ਜਿਉਂ ਸੂਰਜ ਚੜ੍ਹ ਰਿਹਾ ਅਤੇ ਕਾਫਲਾ ਵੀ ਵੱਧ ਰਿਹਾ ਮੈਂ ਮੇਰੇ ਸਹਿਯੋਗੀ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰ ਕਾਫਲੇ 'ਤੇ ਨਜ਼ਰ ਜ਼ਰੂਰ ਪਰਵਾ ਦਈਏ ਆਪਾਂ ਕਾਫਲਾ ਵੱਧ ਰਿਹਾ ਕਿਸਾਨ ਜਿੱਤ ਰਹੇ ਨੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਬੜਾ ਜ਼ਿਆਦਾ ਸੋਹਣਾ ਮਾਹੌਲ ਹੈ ਜਿਹੜਾ ਖਨੌਰੀ ਬਾਰਡਰ 'ਤੇ ਬਣਿਆ ਹੋਇਆ ਕਿਸੇ ਟਾਈਮ ਆਹੀ 25 ਜਾਂ 26 ਨਵੰਬਰ ਨੂੰ ਮਾਹੌਲ ਸੀ ਜਿਹੜਾ ਉਦੋਂ ਲੋਕਾਂ ਨੂੰ ਘੇਰਿਆ ਗਿਆ ਸੀ ਬੈਰੀਕੇਡਿੰਗ ਕਰਕੇ ਰੋਕਿਆ ਜਾਂਦਾ ਸੀ ਅਤੇ ਪਰ ਅੱਜ ਉਹੀ ਕਿਸਾਨ ਅੱਜ ਉਹੀ ਕਿਸਾਨ ਖੁਸ਼ੀਆਂ ਦੇ ਨਾਲ ਦਿੱਲੀ ਬਾਰਡਰ ਵੱਲ ਜਾ ਰਹੇ ਨੇ ਦਿੱਲੀ ਬਾਰਡਰ ਵੱਲ ਕੂਚ ਕਰ ਰਹੇ ਨੇ ਕਾਫਲਾ
नहीं मुक रहा है। काफिला बड़ा बड़ा ज्यादा लंबा है। हजे जिले के आगू तो सूबे के आगू आ जोड़े वो भी पहुँचे वो पहुँच रहे हैं। तो इतों काफिला कट्ठा होकर आ जोड़ा दिल्ली के बार्डर वाल कूच करेगा। तो जिथे तक भी निगाह जाऊगी काफिला पिछे जुड़ रहा है। इतों कट्ठा काफिला तुर के दिल्ली पहुँचूगा। 26 तरीक के प्रोग्राम ने जोड़े वो लीके हुए हैं। 26 तरीक न मना वास्ते जा रहे हैं। साडे शहीदों श्रद्धांजलियां देने वास्ते जोड़े किसान ने वो पहुँच रहे हैं। तो काफले दी तस्वीर असं तुहानू दिखा रहे हैं। अगे भी जो कनौरी बार्डर की अपडेट होगी असं नाल नाल देंदे रहांगे। मैं गुरतेज सिंह धालीवाल कैमरामैन संदीप शर्मा के नाल।